ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਜੀ। ਆਓ ਚੱਲੀਏ ਜੀ, ਹੁਣ ਆਪਾਂ ਦਰਸ਼ਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਆਪਣਾ ਸਪ੍ਰਿਤ ਸਿੰਘ, ਮੈਂ ਪ੍ਰਿੰਸਦੀਪ ਸਿੰਘ ਜੀ, ਤੁਹਾਡਾ ਸਾਰਿਆਂ ਦਾ ਪ੍ਰਿੰਸ ਪੰਜਾਬੀ ਟ੍ਰੈਵਲਰ ਚੈਨਲ ਉੱਪਰ ਸਵਾਗਤ ਕਰਦੇ ਹਾਂ ਜੀ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਰਸ਼ਨ ਕਰਾਂਗੇ ਜੀ। ਇਸ ਲਈ ਸਾਡੇ ਨਾਲ ਪੂਰੀ ਵੀਡੀਓ ਦੇ ਅੰਤ ਤੱਕ ਬਣੇ ਰਹੋ ਜੀ। ਜੇਕਰ ਤੁਸੀਂ ਹਾਲੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰਿਓ ਜੀ। ਇਹ ਉਹ ਸਥਾਨ ਆ ਜੀ ਜਿਸ ਜਗ੍ਹਾ ਭਾਈ ਜੈਤਾ ਜੀ ਨਵੇਂ ਪਾਤਸ਼ਾਹ ਦੇ ਸੀਸ ਨੂੰ ਲੈ ਕੇ ਪਹੁੰਚੇ ਸਨ। ਦਸਵੇਂ ਪਾਤਸ਼ਾਹ ਨੇ ਜੀ ਰੰਗਰੇਟੇ ਗੁਰੂ ਕੇ ਬੇਟੇ ਦਾ ਪ੍ਰਦਾਨ ਬਖਸ਼ਣ ਤੋਂ ਬਾਅਦ ਜੀ ਨਵੇਂ ਪਾਤਸ਼ਾਹ ਦੇ ਸੀਸ ਨੂੰ ਪਾਲਕੀ ਦੇ ਵਿੱਚ ਸਜਾ ਕੇ ਜੀ ਇਸ ਜਗ੍ਹਾ ਸੰਗਤਾਂ ਦੇ ਨਾਲ ਸੰਸਕਾਰ ਕੀਤਾ ਸੀਗਾ ਜੀ। ਇਹ ਉਹ ਸਥਾਨ ਆ ਜੀ ਜਿਹੜਾ ਇਹ ਸਥਾਨ ਆ ਦਸਵੇਂ ਪਾਤਸ਼ਾਹ ਦੀ ਨਿਗਰਾਨੀ ਹੇਠ ਇਸ ਸਥਾਨ ਨੂੰ ਬਣਾਇਆ ਗਿਆ ਸੀ। ਆਜੋ ਆਪਾਂ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦੇ ਦਰਸ਼ਨ ਕਰਦੇ ਹਾਂ, ਗੁਰਦੁਆਰਾ ਭੋਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ। ਅਸੀਂ ਨੌਵੇਂ ਪਾਤਸ਼ਾਹ ਜਿਹੜਾ ਤੁਹਾਡਾ ਸੰਸਕਾਰ ਸੀ ਲੱਖੀ ਸ਼ਾਹ ਬਣਜਾਰਾ ਜੀ ਨੇ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਦਿੱਲੀ ਦੇ ਵਿੱਚ ਜੀ। ਸਾਡੇ ਚੈਨਲ ਤੇ ਤੁਸੀਂ ਉਹ ਵੀਡੀਓ ਵੀ ਜਾ ਕੇ ਦੇਖ ਸਕਦੇ ਹੋ, ਉਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਹੋ ਜੀ। ਤੁਹਾਨੂੰ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦਿੱਤਾ ਹੋਇਆ, ਤੁਸੀਂ ਉੱਥੇ ਜਾ ਕੇ ਵੀ ਵੀਡੀਓ ਨੂੰ ਦੇਖ ਸਕਦੇ ਹੋ ਜੀ। ਆਓ ਚਲੀਏ ਜੀ, ਹੁਣ ਆਪਾਂ ਇਸ ਸਥਾਨ ਦੇ ਦਰਸ਼ਨ ਕਰੀਏ ਜੀ। ਇਸ ਪਾਸੇ ਬਣਿਆ ਹੋਇਆ ਜੀ ਗੁਰਦੁਆਰਾ ਸਾਹਿਬ ਵਿੱਚ ਜੋੜਾ ਘਰ, ਜਿੱਥੇ ਆਪਾਂ ਆਪਣਾ ਜੋੜਾ ਜਮ੍ਹਾਂ ਕਰਵਾ ਕੇ ਅੰਦਰ ਦਰਸ਼ਨਾਂ ਨੂੰ ਜਾ ਸਕਦੇ ਹਾਂ ਜੀ। ਇਹ ਬਣਿਆ ਹੋਇਆ ਜੀ ਸਥਾਨ। ਆਓ ਜੀ ਹੁਣ ਆਪਾਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰੀਏ ਜੀ। ਬਣੇ ਰਹੋ ਸਾਡੇ ਨਾਲ ਜੀ ਪੂਰੀ ਵੀਡੀਓ ਦੇ ਐਂਡ ਤੱਕ। ਜਿਹੜੀ ਨਾ ਤੁਸੀਂ ਇਹ ਇਤਿਹਾਸਕ ਬੇਰੀ ਦੇਖ ਸਕਦੇ ਹੋ ਜੀ, ਜਿਵੇਂ ਦਰਬਾਰ ਸਾਹਿਬ ਬੇਰੀਆਂ ਲੱਗੀਆਂ ਹੋਈਆਂ ਨੇ, ਦੇਖੋ ਉਹ ਬੇਰੀਆਂ ਵੀ ਇਸੇ ਤਰ੍ਹਾਂ ਹਰੀਆਂ ਭਰੀਆਂ ਨੇ, ਤੇ ਇਹ ਬੇਰੀ ਵੀ ਦੇਖੋ ਦਸਵੇਂ ਪਾਤਸ਼ਾਹ ਦੇ ਵੇਲੇ ਦੀ ਬੇਰੀ ਆ ਜੀ, ਅੱਜ ਵੀ ਹਰੀ ਭਰੀ ਬੇਰੀ ਆ। ਤੁਸੀਂ ਦੇਖ ਸਕਦੇ ਹੋ ਜੀ, ਇਹਨੂੰ ਦਰਸ਼ਨ ਕਰ ਸਕਦੇ ਹੋ ਇਸ ਬੇਰੀ ਦੇ। ਦਸਵੇਂ ਪਾਤਸ਼ਾਹ ਨੇ ਉਸ ਵੇਲੇ ਛੂਹਿਆ ਹੋਣਾ ਇਸ ਬੇਰੀ ਨੂੰ, ਇਸ ਜਗ੍ਹਾ ਦੇ ਉੱਤੇ ਸਾਡੇ ਪਾਤਸ਼ਾਹ ਬੈਠੇ ਸੀ, ਰਹਿੰਦੇ ਸੀ ਸਾਡੇ ਪਾਤਸ਼ਾਹ ਜੀ ਇਸ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ 'ਤੇ। ਆਜੋ ਆਪਾਂ ਦਰਸ਼ਨ ਕਰਦੇ ਹਾਂ ਪਹਿਲਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ। ਬਣੇ ਰਹੋ ਪੂਰੀ ਬਣੀ ਦੇਣ ਤੱਕ ਸਾਡੇ ਨਾਲ ਜੀ। ਦਿੱਲੀ ਦੇ ਚਾਂਦਨੀ ਚੌਂਕ ਵਿੱਚ ਜਿਸ ਜਗ੍ਹਾ ਸਾਡੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਪਾਈ ਸੀ, ਸੀਸ ਦਿੱਤਾ ਸੀ ਪਾਤਸ਼ਾਹ ਨੇ ਆਪਣਾ ਜੀ, ਉਸ ਜਗ੍ਹਾ ਸੁਸ਼ੋਭਿਤ ਆ ਗੁਰਦੁਆਰਾ ਸੀਸਗੰਜ ਸਾਹਿਬ। ਜੇਕਰ ਤੁਸੀਂ ਉਸ ਸਥਾਨ ਦੇ ਵੀ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ 'ਤੇ ਜਾ ਕੇ ਉਸ ਸਥਾਨ ਦੇ ਵੀ ਦਰਸ਼ਨ ਕਰ ਸਕਦੇ ਹੋ। ਇਸ ਜਗ੍ਹਾ ਸਾਡੇ ਨੌਵੇਂ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਦਸਵੇਂ ਪਾਤਸ਼ਾਹ ਜੀ ਨੇ ਸੰਸਕਾਰ ਕੀਤਾ ਸੀ ਜੀ। ਬਹੁਤ ਵੱਡੀ ਕੁਰਬਾਨੀ ਸੀ ਸਾਡੇ ਪਾਤਸ਼ਾਹ ਜੀ ਦੀ। ਨੌਵੇਂ ਪਾਤਸ਼ਾਹ ਦਾ ਸੀਸ ਜਦੋਂ ਇਸ ਸਥਾਨ ਦੇ ਉੱਤੇ ਪਹੁੰਚਿਆ ਤਾਂ ਦਸਵੇਂ ਪਾਤਸ਼ਾਹ ਦੀ ਉਮਰ 9 ਸਾਲ ਦੀ ਸੀ ਜੀ। ਪਾਤਸ਼ਾਹ ਦੇ ਜਦੋਂ ਸੀਸ ਦਾ ਸੰਸਕਾਰ ਹੋ ਰਿਹਾ ਸੀ
ਤਾਂ 10ਵੇਂ ਪਾਤਸ਼ਾਹ ਸੰਗਤਾਂ ਨੂੰ ਸੰਬੋਧਨ ਕਰ ਰਹੇ ਸੀ ਵੀ ਕੁਦਰਤ ਦੇ ਭਾਣੇ ਨੂੰ, ਉਸ ਅਕਾਲ ਪੁਰਖ ਦੇ ਭਾਣੇ ਨੂੰ ਆਪਾਂ ਨੂੰ ਮੰਨਣਾ ਪੈਣਾ ਆ। ਅਤੇ ਇਹ ਉਹ ਸਥਾਨ ਆ ਜੀ ਜਿਸ ਜਗ੍ਹਾ 9ਵੇਂ ਪਾਤਸ਼ਾਹ ਜੀ ਦੇ ਸੀਸ ਦਾ ਸੰਸਕਾਰ ਹੋਇਆ ਸੀ ਜੀ। ਬਹੁਤ ਸੋਹਣਾ ਇਹ ਸਥਾਨ ਬਣਿਆ ਹੋਇਆ ਜੀ, ਤੁਸੀਂ ਦੇਖ ਸਕਦੇ ਹੋ ਆਪਣੀ ਸਕਰੀਨ ਦੇ ਉੱਤੇ ਜੀ। ਇਸ ਸਾਈਡ ਲੱਗਿਆ ਹੋਇਆ ਜੀ ਇਤਿਹਾਸ ਬੋਰਡ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਾ ਜੀ। ਤੁਸੀਂ ਵੀਡੀਓ ਨੂੰ ਰੋਕ ਕੇ ਪੜ੍ਹ ਸਕਦੇ ਹੋ ਜੀ। ਇਹ ਬਹੁਤ ਸੋਹਣਾ ਬਗੀਚਾ ਬਣਿਆ ਹੋਇਆ ਇਸ ਸਥਾਨ ਦੇ ਉੱਤੇ ਜੀ। ਇਹ ਦੂਸਰੇ ਪਾਸੇ ਵਾਲਾ ਗੇਟ ਆ ਜੀ, ਦੋ ਗੇਟ ਨੇ ਇਸ ਸਥਾਨ ਦੇ ਜੀ। ਆਓ ਜੀ ਹੁਣ ਆਪਾਂ ਦਰਸ਼ਨ ਕਰੀਏ ਗੁਰਦੁਆਰਾ ਸ਼੍ਰੀ ਭੋਰਾ ਸਾਹਿਬ ਜੀ ਦੇ ਜੀ। ਬਹੁਤ ਖੁੱਲ੍ਹਾ ਬਹੁਤ ਵੱਡਾ ਸਥਾਨ ਇਹ ਵੀ ਬਣਿਆ ਹੋਇਆ ਜੀ। ਇਸ ਸਾਈਡ ਜੀ ਇਤਿਹਾਸਿਕ ਬੋਰਡ ਲੱਗਿਆ ਹੋਇਆ, ਇਤਿਹਾਸ ਪੜ੍ਹ ਸਕਦੇ ਹਾਂ ਜੀ ਆਪਾਂ ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਭੋਰਾ ਸਾਹਿਬ ਦਾ ਜੀ। ਇਹ ਬਣਿਆ ਹੋਇਆ ਜੀ ਸਥਾਨ, ਆਓ ਜੀ ਹੁਣ ਆਪਾਂ ਦਰਸ਼ਨ ਕਰੀਏ। ਹੁਣ ਆਪਾਂ ਦਰਸ਼ਨ ਕਰ ਰਹੇ ਹਾਂ ਜੀ ਅਨੰਦਪੁਰ ਸਾਹਿਬ ਦੇ ਬਹੁਤ ਹੀ ਪਾਵਨ ਅਤੇ ਇਤਿਹਾਸਕ ਸਥਾਨ ਦੇ ਜੀ। ਇਸ ਸਥਾਨ ਦੇ ਨਾਲ ਹੋਰ ਬਹੁਤ ਸਾਰੇ ਸਥਾਨ ਬਣੇ ਹੋਏ ਹਨ, ਆਪਾਂ ਉਹਨਾਂ ਦੇ ਵੀ ਦਰਸ਼ਨ ਕਰਾਂਗੇ ਜੀ। ਇਸ ਸਥਾਨ ਉੱਪਰ ਹੀ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਗੁਰਿਆਈ ਮਿਲੀ ਸੀ, 3 ਸਾਹਿਬਜ਼ਾਦਿਆਂ ਦਾ ਜਨਮ ਹੋਇਆ ਸੀ ਅਤੇ ਇਸ ਸਥਾਨ ਉੱਪਰ ਹੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ 9ਵੇਂ ਗੁਰੂ ਇੱਥੇ ਪ੍ਰਭੂ ਭਗਤੀ ਕਰਦੇ ਸਨ, ਪ੍ਰਭੂ ਸਿਮਰਨ ਕਰਦੇ ਸਨ। ਅਨੰਦਪੁਰ ਸਾਹਿਬ ਜੋ ਕਿ ਬਹੁਤ ਹੀ ਸੋਹਣਾ ਸ਼ਹਿਰ ਹੈ, ਇਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵਸਾਇਆ ਸੀ। ਬਹੁਤ ਹੀ ਸੋਹਣਾ ਇਹ ਸਥਾਨ ਬਣਿਆ ਹੋਇਆ, ਪਹਾੜਾਂ ਦੇ ਨਾਲ ਇਹ ਢੱਕਿਆ ਹੋਇਆ, ਚਾਰੋਂ ਤਰਫ ਇਹਦੇ ਪਹਾੜ ਨੇ, ਬਹੁਤ ਜ਼ਿਆਦਾ ਹਰਿਆਲੀ ਹੈ। ਅਨੰਦਪੁਰ ਸਾਹਿਬ ਦੀ ਨਗਰੀ ਬਹੁਤ ਹੀ ਵਧੀਆ ਜਗ੍ਹਾ ਉੱਪਰ ਵਸਾਈ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਕਸ਼ਮੀਰੀ ਪੰਡਤਾਂ ਦੇ ਬੇਨਤੀ ਕਰਨ ਤੋਂ ਬਾਅਦ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਔਰੰਗਜ਼ੇਬ ਨੂੰ ਮਿਲਣ ਆਗਰਾ ਹੁੰਦੇ ਹੋਏ ਦਿੱਲੀ ਗਏ ਸਨ। ਉੱਥੇ ਪਾਤਸ਼ਾਹ ਦੀ ਸ਼ਹੀਦੀ ਹੋਈ ਅਤੇ ਭਾਈ ਜੈਤਾ ਜੀ ਉਹਨਾਂ ਦਾ ਜਿਹੜਾ ਸੀ ਉਹ ਲੈ ਕੇ ਆਏ ਸਨ ਅਤੇ ਉਹਨਾਂ ਦਾ ਧੜ ਦਾ ਸੰਸਕਾਰ ਹੋਇਆ ਸੀ ਰਕਾਬਗੰਜ ਸਾਹਿਬ ਦਿੱਲੀ ਵਿਖੇ। ਅਸੀਂ ਉਸਦੀ ਵੀ ਵੀਡੀਓ ਬਣਾਈ ਹੈ, ਤੁਸੀਂ ਉਹਨੂੰ ਵੀ ਸਾਡੇ ਚੈਨਲ 'ਤੇ ਜਾ ਕੇ ਦੇਖ ਸਕਦੇ ਹੋ ਜੀ। ਇਸ ਅਨੰਦਪੁਰ ਸਾਹਿਬ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆਪਣੇ ਪੜਦਾਦਾ ਵਾਂਗ ਹੀ ਰਾਜ ਦਰਬਾਰ ਲਗਾਉਂਦੇ ਸਨ। ਉਸ ਦਰਬਾਰ ਵਿੱਚ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਆਉਂਦੇ ਸਨ, ਦੁੱਖੜੇ ਲੈ ਕੇ ਆਉਂਦੇ ਸਨ ਅਤੇ ਦਸ਼ਮੇਸ਼ ਪਿਤਾ ਉਹਨਾਂ ਦੁਖੀਆਂ ਦੇ ਦੁੱਖ ਹਰਦੇ ਸਨ। ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ, ਸ਼ਸਤਰ ਅਤੇ ਸ਼ਾਸਤਰ ਵਿੱਦਿਆ ਦਿੰਦੇ ਸਨ ਆਪਣੇ ਸਿੱਖਾਂ ਨੂੰ ਜੀ, ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਪਰ ਆਪਾਂ ਜਾਣਦੇ ਹਾਂ ਕਿ ਪਹਾੜੀ ਰਾਜੇ ਅਤੇ ਮੁਗਲ ਫੌਜਾਂ ਨੇ ਪਾਤਸ਼ਾਹ ਨੂੰ ਮਜਬੂਰ ਕੀਤਾ ਕਿ ਉਹ ਸੋਹਣਾ ਅਨੰਦਪੁਰ ਸ਼ਹਿਰ ਛੱਡ ਕੇ ਚਲੇ ਜਾਣ। ਉਹਨਾਂ ਨੇ ਝੂਠੀਆਂ ਸੌਹਾਂ ਖਾਈਆਂ, ਪਰ ਪਾਤਸ਼ਾਹ ਆਖਰ ਦੇ ਵਿੱਚ ਅਨੰਦਪੁਰ ਸਾਹਿਬ ਤੋਂ ਚਲੇ ਗਏ ਅਤੇ ਫਿਰ ਕਦੇ ਮੁੜ ਕੇ ਨਹੀਂ ਆਏ। ਪਾਤਸ਼ਾਹ ਜਿਹੜੇ ਜਿਹੜੇ ਸਥਾਨਾਂ ਤੋਂ ਹੁੰਦੇ ਹੋਏ ਹਜ਼ੂਰ ਸਾਹਿਬ ਪਹੁੰਚੇ ਸਨ, ਉਹਨਾਂ ਸਾਰੇ ਸਥਾਨਾਂ ਦੀ ਅਸੀਂ ਪੂਰੀ ਪਲੇਲਿਸਟ ਬਣਾਈ ਹੈ, ਸੀਰੀ ਬਣਾਈ ਹੈ, ਜਿਹਨੂੰ ਪੂਰੀ ਅਸੀਂ ਜਾ ਕੇ ਦੇਖ ਸਕਦੇ ਹੋ ਜੀ, ਸਾਡੇ ਚੈਨਲ 'ਤੇ ਮਿਲ ਜਾਏਗੀ।
ਅਤੇ ਉੱਪਰ ਆਈ ਬਟਨ 'ਤੇ ਤੁਹਾਨੂੰ ਮਿਲ ਜਾਏਗੀ। ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਦਿੱਤਾ ਹੋਇਆ, ਉੱਥੋਂ ਜਾ ਕੇ ਤੁਸੀਂ ਦੇਖ ਸਕਦੇ ਹੋ। ਜੇਕਰ ਤੁਸੀਂ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਗੁਜਰ ਕੌਰ ਜੀ ਦੇ ਜਿਸ ਰਸਤਿਓਂ ਉਹਨਾਂ ਅਨੰਦਪੁਰ ਸਾਹਿਬ ਤੋਂ ਸਰਹੰਦ ਤੱਕ ਗਏ ਸਨ, ਉਹਨਾਂ ਸਾਰੇ ਸਥਾਨਾਂ ਦੇ ਵੀ ਦਰਸ਼ਨ ਕਰਾਏ ਹਨ, ਜੇਕਰ ਤੁਸੀਂ ਉਹ ਵੀਡੀਓ ਵੀ ਦੇਖਣੀ ਹੈ ਤਾਂ ਸਾਡੇ ਚੈਨਲ ਉੱਪਰ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ। ਇਸ ਜਗ੍ਹਾ ਉੱਪਰ ਹੁਣ ਆਪਾਂ ਮਸੰਦਾ ਵਾਲੇ ਖੂਹ ਦੇ ਦਰਸ਼ਨ ਕਰਾਂਗੇ ਅਤੇ ਉਹਦੇ ਇਤਿਹਾਸ ਬਾਰੇ ਜਾਣਾਂਗੇ। ਆਓ ਚਲੀਏ ਜੀ ਹੁਣ ਆਪਾਂ ਉੱਧਰ ਨੂੰ, ਅਤੇ ਬਣੇ ਰਹੋ ਸਾਡੇ ਨਾਲ ਪੂਰੀ ਵੀਡੀਓ ਦੇ ਐਂਡ ਤੱਕ ਜੀ। ਇਸ ਸਥਾਨ ਉੱਪਰ ਜੀ ਬਹੁਤ ਸੋਹਣੀ ਪਾਰਕ ਵੀ ਬਣੀ ਹੋਈ ਹੈ। ਇਹ ਜਾਂਦਾ ਜੀ ਰਸਤਾ ਮਸੰਦਾ ਦੇ ਖੂਹ ਵੱਲ ਨੂੰ ਜੀ। ਉਹ ਸਾਹਮਣੇ ਬਣਿਆ ਹੋਇਆ ਜੀ ਮਸੰਦਾ ਵਾਲਾ ਖੂਹ, ਤੁਸੀਂ ਦੇਖ ਸਕਦੇ ਹੋ। 10ਵੇਂ ਪਾਤਸ਼ਾਹ ਇਸ ਜਗ੍ਹਾ ਦੇ ਉੱਤੇ ਆਨੰਦਾਂ ਦੀ ਪੁਰੀ ਵਿਖੇ ਰਹੇ ਜੀ। ਬਹੁਤ ਸਮਾਂ ਪਾਤਸ਼ਾਹ ਨੇ ਇਸ ਜਗ੍ਹਾ ਦੇ ਉੱਤੇ ਬਿਤਾਇਆ। ਇਸ ਧਰਤ ਨੂੰ ਦੋ ਪਾਤਸ਼ਾਹੀਆਂ, 9ਵੇਂ ਪਾਤਸ਼ਾਹ ਅਤੇ 10ਵੇਂ ਪਾਤਸ਼ਾਹ ਦੀ ਚਰਨ ਛੋਹ ਪ੍ਰਾਪਤ ਆ ਜੀ। ਬਹੁਤ ਸੋਹਣੇ ਸਥਾਨ ਇਸ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਬਣੇ ਹੋਏ ਨੇ ਜੀ। ਜਦੋਂ ਵੀ ਤੁਸੀਂ ਹੋਲੇ ਮਹੱਲੇ ਨੂੰ ਜਾਂ ਵਿਸਾਖੀ ਵਾਲੇ ਦਿਨ ਇਸ ਜਗ੍ਹਾ ਦੇ ਉੱਤੇ ਆਵੋ ਤਾਂ ਇਹਨਾਂ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਓ ਜੀ। ਜਿਹੜੇ ਜਿਹੜੇ ਤੁਸੀਂ ਸਾਡੇ ਨਾਲ ਕੈਮਰੇ ਦੇ ਉੱਤੇ ਜੀ ਸਾਡੇ ਬਲੌਗ ਦੇ ਵਿੱਚ ਦੇਖੇ ਨੇ, ਆ ਕੇ ਇਹਨਾਂ ਸਥਾਨਾਂ ਦੇ ਦਰਸ਼ਨ ਜ਼ਰੂਰ ਕਰਿਓ ਜੀ। ਮਿਲ ਕੇ ਜੀ ਗੁਰਦੁਆਰਾ ਸ਼੍ਰੀ ਸੀਸਕੰਦ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗੁਰੂ ਕੇ ਮਹਿਲ ਭੂਰਾ ਸਾਹਿਬ ਦੇ ਦਰਸ਼ਨ ਕਰ ਲਏ ਹਨ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ। ਵੀਡੀਓ ਥੱਲੇ ਜੇਕਰ ਤੁਹਾਡਾ ਕੋਈ ਕੁਐਸਚਨ ਹੁੰਦਾ ਤੁਸੀਂ ਕਮੈਂਟ ਵਿੱਚ ਪੁੱਛ ਸਕਦੇ ਹੋ, ਅਤੇ ਨਾਲ ਦੀ ਨਾਲ ਕਮੈਂਟ ਬਾਕਸ ਵਿੱਚ ਵਾਹਿਗੁਰੂ ਜੀ ਲਿਖਿਓ। ਵੱਧ ਤੋਂ ਵੱਧ ਆਪਣੇ ਸਗੇ ਸੰਬੰਧੀਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਜੀ। ਹੁਣ ਆਪਾਂ ਮਿਲਾਂਗੇ ਅਨੰਦਪੁਰ ਸਾਹਿਬ ਦੇ ਹੋਰ ਸਥਾਨਾਂ 'ਤੇ ਨਵੀਂ ਵੀਡੀਓ ਨਾਲ। ਤਦ ਤੱਕ ਲਈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।